ਲੋ ਵੀ ਮਿੱਤਰੋ ਅੱਜ ਜਾਂਦੇ ਸੀ ਲੋਟ ਬੱਦੀ ਵੱਲ ਨੂੰ ਪਿੰਡਾਂ ਵਿੱਚ ਦੀ ਇੱਕ ਖੇਤੀ ਦੇਖੀ ਬਹੁਤ ਹੀ ਸੋਹਣੀ ਦੂਰੋਂ ਤਾਂ ਬਹੁਤ ਘੈਂਟ ਲੱਗਦੀ ਆ ਸਾਹਮਣੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਤੇ ਗਾਹਾਂ ਲੰਘੇ ਸੀ ਅਸੀਂ 2-3 ਕਿਲੋਮੀਟਰ ਵਾਪਸ ਮੁੜ ਕੇ ਆਏ ਅਸੀਂ ਆਖਿਆ ਵੀ ਦੇਖੀਏ ਵੀ ਕਾਹਦੀ ਖੇਤੀ ਆ ਇੱਧਰ ਵੀ ਦੇਖ ਸਕਦੇ ਹੋ ਵੀ ਬੀਜੀ ਵੀ ਆ ਜਾ ਕੇ ਦੇਖਦੇ ਹਾਂ ਉਹ ਤਾਂ ਮੈਨੂੰ ਗੇਂਦੇ ਦੇ ਫੁੱਲ ਲੱਗਦੇ ਪੀਲੇ ਜੇ ਤੇ ਆਹ ਜਿਹੜੇ ਪਰਪਲ ਜੇ ਆ ਤੇ ਆਹ ਜਿਹੜੇ ਆ ਹੋਰ ਆ ਗਏ ਦੂਰੋਂ ਤਾਂ ਉਹੀ ਪਰਪਲ ਜੇ ਦਿੰਦੇ ਆ ਆਹ ਤਾਂ ਨੇੜੇ ਆ ਗਈ ਦੇਖਿਆ ਜਗਦੀਪ ਹਨਾ ਕਿੰਨੇ ਸੋਹਣੇ ਨੇ ਨਾ ਆਹ ਕਿੰਨੇ ਘੈਂਟ ਨੇ ਆ ਸਹੀ ਗੱਲ ਦੇਖ ਆਪਣੇ ਘਰੇ ਕਿਸੇ ਬਾਗ ਚ ਵੀ ਨਹੀਂ ਹੁੰਦੇ ਹੈਗੇ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਨਜ਼ਾਰਾ ਖੇਤ ਦਾ ਹਾਂ ਵੀ ਕੀ ਕਰਦੇ ਆ ਪੁੱਛਦੇ ਆ ਵੀ ਕਿੰਨੇ ਕੁ ਲਾਹੇਵੰਦ ਆ ਖੇਤੀ ਇਹਨਾਂ ਦੀ ਉਹ ਆ ਜਿਹੜੇ ਉਹ ਦੇਖਦੇ ਆ ਉਹ ਬਾਹਲੇ ਘੈਂਟ ਲੱਗਦੇ ਮੈਨੂੰ ਤਾਂ ਸਾਨੂੰ ਖੜੇ ਜਿਹੜੇ ਸਹੀ ਗੱਲ ਆ ਰੰਗ ਬਿਰੰਗੇ ਖੇਤ ਦਾ ਨਜ਼ਾਰਾ ਹੀ ਵੱਖਰਾ ਯਾਰ ਹਵਾ ਕਿੰਨੀ ਘੈਂਟ ਚੱਲੀ ਜਾਂਦੀ ਆ ਇੱਧਰ ਬਾਈ ਦੇ ਜਿਵੇਂ ਕਹਿੰਦੇ ਹੁੰਦੇ ਆ ਵੀ ਕੁਦਰਤ ਮਿਹਰਬਾਨ ਹੋਈ ਜਾਂਦਾ ਇੱਧਰ ਅੰਬਾ ਦਾ ਬੂਰ ਵੀ ਦੇਖ ਪੂਰਾ ਘੈਂਟ ਲੱਗਿਆ ਹੋਇਆ ਸੋ ਦੇਖਦੇ ਆ ਜੀ ਕੀ ਚੀਜ਼ ਆ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਇਹ ਕਿਹੜੇ ਫੁੱਲ ਨੇ ਜੀ ਇਹ ਆਹ ਵਾਲੇ ਜੀ ਤੇ ਆਹ ਵਾਲੇ ਜੀ ਇਹ ਕਿਵੇਂ ਫਿਰ ਵੀ ਬੀਜ ਬੂਜ ਵੇਚਦੇ ਇਹਨਾਂ ਦਾ ਅੱਛਾ ਅੱਛਾ ਜੀ ਬੀ ਵੇਖਦਾ ਜੀ ਇਹਨਾਂ ਦਾ ਦੇਖ ਸਕਦੇ ਤੁਸੀਂ ਵੀ ਆਹ ਲੱਗਾ ਵਾਪਰ ਪੂਰੀ ਘੈਂਟ ਲੱਗਦੀ ਆ ਲੋਕੇਸ਼ਨ ਪੂਰੀ ਘੈਂਟ ਆ ਇੱਥੇ ਦੀ ਤੇ ਇੱਧਰ ਸੋਲੂ ਆਈ ਬੀਜਿਆ ਹੋਇਆ ਬਾਪੂ ਜੀ ਹੋਰਾਂ ਨੇ ਤੇ ਉਹ ਜਿਹੜੇ ਉਹ ਬਰਫ ਦੇ ਨੇ ਜਾਣੀ ਬਾਪੂ ਜੀ ਕਹਿੰਦੇ ਵੀ ਬਰਫ ਦੇ ਨੇ ਉਹ ਪਰਾਂ ਫਿਰ ਗੇਂਦਾ ਜੀ ਸਾਰਾ ਉਹ ਹੋਰ ਆ ਕੁਛ ਜੀ ਕਿਹੜਾ ਜੀ ਸਕਾਲ ਜੀ ਉਹ ਦੇਖ ਕੇ ਹੀ ਆ ਜਗਦੀਪ ਉਹ ਵੀ ਘੈਂਟ ਲੱਗਦਾ ਯਾਰ ਉਹ ਪਰਲੇ ਵੀ ਆਪਣੇ ਉਹ ਲੰਬੇ ਜਿਹੜੇ ਅੱਛਾ ਅੱਛਾ ਜੀ ਠੀਕ ਹੈ ਜੀ ਕਿੰਨੇ ਕਿਸਮ ਨੇ ਜੀ ਛੇ ਸੱਤ ਕਿਸਮਾਂ ਲੱਗੀਆਂ ਵੀ ਜਾਣੀ ਜਗਦੀਪ ਆ ਵੀ ਫੁੱਲ ਦਾ ਸੋਹਣਾ ਹਨਾ ਯਾਰ ਰੰਗ ਇਹਦਾ ਆਹਾ ਸਬਜ਼ੀਆਂ ਸੁਬਜ਼ੀਆਂ ਵਾਹਵਾ ਪੂਰੀਆਂ ਲਾਈਆਂ ਹੋਈਆਂ ਤੁਸੀਂ ਅੱਛਾ ਜੀ ਠੀਕ ਹੈ ਜੀ ਅੱਛਾ ਜਾਣੀ ਕਿ ਸਾਰਿਆਂ ਨੂੰ ਸ਼ੌਂਕ ਆ ਤਾਂ ਹੀ ਇੰਨੀ ਵਧੀਆ ਜਾਣੀ ਕਿ ਚੀਜ਼ ਆ ਜਿਹੜੀ ਉਹਦੀ ਖੇਤੀ ਕਰਦੇ ਆ ਦੂਰੋਂ ਖੇਤ ਆਟੀ ਦੀ ਤਾਂ ਤਾਈਓ ਇੱਧਰ ਵੀ ਜੀ ਬਾਪੂ ਜੀ ਹੋਰਾਂ ਨੇ ਫੁੱਲ ਬੀਜੇ ਹੋਏ ਆ ਦੇਖ ਸਕਦੇ ਹੋ ਪੂਰੇ ਘੈਂਟ ਦੂਰੋਂ ਪੂਰੀ ਘੈਂਟ ਲੱਗੇ ਜਾਂ ਆਉਂਦੀ ਆ ਉਹ ਪੀਲੇ ਜਿਹੇ ਫੁੱਲਾਂ ਕੋਲ ਦੇਖਦੇ ਆ ਜਾ ਕੇ 16 ਦਿਨਾਂ ਚ 6 ਬੰਦੇ ਨੇ ਜੀ ਸਾਰੀ ਹੱਥੀ ਕਢਾਈ ਕੀਤੀ ਹੈ ਠੀਕ ਹੈ ਜੀ ਆਜਾ ਜਗਦੀਪ ਚੱਲੀ ਉੱਥੇ ਬਾਪੂ ਨੇ ਆ ਹੋਰ ਬਾਪੂ ਰਾਣੇ ਜਿਹੜੀ ਚੀਜ਼ ਬੀਜੀ ਵੀ ਆ ਦੇਖ ਸਕਦੇ ਹੋ ਵੀ ਤੁਸੀਂ ਇਹਨੂੰ ਵੀ ਪੀਲੇ ਰੰਗ ਦੇ ਜਿਹੜੇ ਫੁੱਲ ਲੱਗਣਗੇ 5-7 ਦਿਨਾਂ ਤੱਕ ਤੇ ਬਾਪੂ ਜੀ ਕਹਿੰਦੇ ਵੀ 6-7 ਕਿੱਲਿਆਂ ਚ ਜਿਹੜੀ ਇਕੱਲੀ ਫੁੱਲਾਂ ਦੀ ਖੇਤੀ ਆ ਉਹੀ ਕਰਦੇ ਆ 6-7 ਕਿੱਲਿਆਂ ਚ ਤੇ ਆਹ ਇਹਨੂੰ ਜਿਹੜੇ ਬੀਜ ਨੇ ਆਹ ਫਲੀਆਂ ਨੇ ਇਹ ਬੀਜਦੀਆਂ ਨੇ ਤੇ ਆਹ ਫੁੱਲ ਨੇ ਜਿਹੜੇ ਵੀ ਦੇਖਦੇ ਫੁੱਲ ਤਾਂ ਆ ਵੀ ਘੈਂਟ ਹਨਾ ਜਗਦੀਪ ਅੱਛਾ ਜੀ
ਤੇ ਫੁੱਲ ਦਾ ਲਓ ਵੀ ਮਿੱਤਰੋ ਆ ਵੀ ਪੂਰਾ ਘੈਂਟ ਆ ਸਹੀ ਗੱਲ ਆ ਹਨਾ ਜਗਦੀਪ ਬਾਹਰਲੇ ਦੇਸ਼ ਹੀ ਆ ਗਏ ਇੱਕ ਤਰ੍ਹਾਂ ਦਾ ਆ ਵੀ ਫੁੱਲ ਨੇ ਆ ਸੇ ਇਹਨੂੰ ਵੀ ਐ ਲੱਗਦੀਆਂ ਸੇ ਵੀ ਬੀਜ ਇਹ ਵੀ ਕਹਿੰਦਾ ਬਾਪੂ ਕਹਿੰਦਾ ਬੀਜ ਵਿੱਚ ਨਿਕਲੋ ਇਹਦਾ जड़ी थोनू थोड़ी थोड़ी दिख रही है बापू जी होरां ने बीजी भी इधर हो मोटर ते भी जेड़े फुल लाए हुए बापू जी होरां ने टोटल आ जेड़ी 6-7 किलों च फुलां फुलां की खेती करदे आ बापू जी ते पर जदों दूरों लंघदे आ ना पूरी घेंट चीज लगती है जिम्मे बहरले देश ही आ गए होंने वधिया लगी चीज तो शेयर जरूर कर दियो जी।